श्री गुरु नानक देव जी के चरण छोह प्राप्त पवित्र धरती गुरदासपुर श्री अचल साहब ਅਤੇ ਇਤਿਹਾਸਿਕ ਮੰਦਿਰ ਅਚਲੇਸ਼ਵਰ ਧਾਮ ਵਿਖੇ ਹਰ ਸਾਲ ਵਾਂਗ ਦੀਵਾਲੀ ਦੇ ਬਾਅਦ ਹੋਣ ਵਾਲਾ ਸਾਲਾਨਾ ਜੋੜ ਮੇਲਾ 9ਵੀਂ-10ਵੀਂ ਦੇ ਧਾਰਮਿਕ ਮੇਲੇ ਮੌਕੇ ਹਜ਼ਾਰਾਂ ਸੰਗਤਾਂ ਨਤਮਸਤਕ ਹੋ ਰਹੀਆਂ ਹਨ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ, ਲਾਈਵ ਭਾਰਤ। ਨਾਮ ਜਤਿਨ ਮਰਵਾਹਾ ਹੈ। ਇਸ ਦਰ ਦੇ ਅਸੀਂ ਭਿਖਾਰੀ ਹਾਂ, ਸਾਡਾ ਇਸ ਦਰ ਦੇ ਅਸੀਂ ਭਿਖਾਰੀ ਹਾਂ। ਅਸੀਂ ਇੱਥੋਂ ਬਚਪਨ ਤੋਂ ਹਰ ਸਾਲ ਇੱਥੇ ਆ ਕੇ ਪਰਿਵਾਰਾਂ ਦੇ ਨਾਲ ਆ ਕੇ ਇਸ਼ਨਾਨ ਕਰਦੇ ਹਾਂ। ਇੱਥੇ ਹੀ ਭਗਵਾਨ ਸ਼ੰਕਰ ਦੇ ਪੁੱਤਰ ਸ਼੍ਰੀ ਕਾਰਤਿਕ ਮਹਾਰਾਜ ਆਏ, ਆਪਣੇ ਪਿਤਾ ਦਾ ਨਿਸ਼ਾਨ ਦੇਖ ਕੇ। ਜਦੋਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਗੱਦੀ ਦੇਣੀ ਸੀ, ਉਹਨਾਂ ਨੇ ਜਦੋਂ ਇੱਥੇ ਦੀ ਪਰਿਕਰਮਾ ਕਰਦੇ ਪਏ ਸੀ, ਇੱਥੇ ਰੁਕੇ ਸੀ, ਵਿਸ਼ਰਾਮ ਕੀਤਾ ਸੀਗਾ, ਅਤੇ ਉਹਨਾਂ ਨੇ ਜਦ ਉਹਨਾਂ ਨੂੰ ਪਤਾ ਲੱਗਾ ਕਿ ਮੇਰੇ ਭਰਾ ਗਣੇਸ਼ ਜੀ ਨੂੰ ਗੱਦੀ ਮਿਲ ਗਈ ਹੈ, ਉਹਨਾਂ ਨੇ ਇੱਥੇ ਆਪਣੇ ਆਪ ਨੂੰ ਉਹਨਾਂ ਨੇ ਚੱਲ ਹੋ ਗਏ ਕਿ ਮੈਂ ਹੁਣ ਇੱਥੇ ਹੀ ਰਹਿਣਾ ਹੈ। ਅਤੇ ਹਰ ਸਾਲ 9ਵੀਂ-10ਵੀਂ ਨੂੰ ਉਹ ਸਮੂਹ ਸ਼ਿਵ ਪਰਿਵਾਰ 33 ਕਰੋੜ ਦੇਵੀ ਦੇਵਤਾ ਇੱਥੇ ਭਗਵਾਨ ਸ਼੍ਰੀ ਕਾਰਤਿਕ ਮਨ ਨੂੰ ਮਨਾਉਣ ਆਉਂਦੇ ਨੇ ਅਤੇ ਉਹਨਾਂ ਦੇ ਦਰਸ਼ਨ ਦੀਦਾਰ ਕਰਦੇ ਆਉਂਦੇ ਨੇ, ਕਿਉਂਕਿ ਜਿਹੜਾ ਇਹ ਸਰੋਵਰ ਹੈ ਇਹ ਕੱਚੀ ਲੱਸੀ ਬਣ ਜਾਂਦੀ ਹੈ। ਔਰ ਇੱਥੇ ਨਾਲ ਹੀ ਗੁਰਦੁਆਰਾ ਹੈ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਇੱਥੇ ਚਰਨ ਪਾਏ ਨੇ। ਇਹ ਸਾਂਝਾ ਹੈ, ਸਿੱਖਾਂ ਦਾ, ਭਗਤਾਂ ਦਾ, ਹਿੰਦੂਆਂ ਦਾ, ਸਭ ਦਾ ਸਾਂਝਾ ਦਰਬਾਰ ਹੈ। ਜਿਹੜਾ ਵੀ ਇਹਦੇ ਦਰ 'ਤੇ ਆਉਂਦਾ ਹੈ ਉਹ ਕਦੀ ਖਾਲੀ ਨਹੀਂ ਜਾਂਦਾ, ਝੋਲੀਆਂ ਭਰ ਕੇ ਜਾਂਦਾ ਹੈ। ਬੋਲ ਸੱਚੇ ਦਰਬਾਰ ਕੀ ਜੈ। ਮੁਖਤਾਰ ਸਿੰਘ, ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਆਪ ਜੀ ਇਹਨਾਂ ਪਾਵਨ ਪਵਿੱਤਰ ਸਥਾਨਾਂ ਦੇ ਦਰਸ਼ਨ ਕਰ ਰਹੇ ਹੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਚਰਨ ਸੋ ਪ੍ਰਾਪਤ ਗੁਰਦੁਆਰਾ ਅਚਲ ਸਾਹਿਬ ਹੈ, ਜਿਸ ਦੇ ਪਰਸਾਏ ਭਾਈ ਗੁਰਦਾਸ ਜੀ ਲਿਖਦੇ ਹਨ, ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਇਹਨਾਂ ਸਥਾਨਾਂ 'ਤੇ ਸ਼ਿਵਰਾਤਰੀ ਦਾ ਬਹੁਤ ਭਾਰੀ ਜੋੜ ਮੇਲਾ ਲੱਗਿਆ ਕਰਦਾ ਸੀ, ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਹਨਾਂ ਸਥਾਨਾਂ 'ਚ ਪਹੁੰਚੇ। ਭਾਈ ਗੁਰਦਾਸ ਜੀ ਲਿਖਦੇ ਆ, ਦਰਸ਼ਨ ਦੇਖਣ ਕਾਰਨੇ ਸਗਲੀ ਉਲਟ ਪਈ ਲੁਕਾਈ, ਕਿ ਜਿੰਨੀਆਂ ਵੀ ਲੋਕ ਮੇਲੇ ਵਿੱਚ ਇੱਧਰ ਉੱਧਰ ਫਿਰ ਰਹੇ ਜਾਂ ਸਿੱਧਾ ਲੋਕਾਂ ਦੇ ਕੋਲ ਸਨ, ਉਹ ਸਾਰੀਆਂ ਸੰਗਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆ ਗਈਆਂ। ਅਤੇ ਸਿੱਧਾ ਨੂੰ ਇਸ ਗੱਲ ਦਾ ਬਹੁਤ ਭਾਰੀ ਦੁੱਖ ਹੋਇਆ, ਅਤੇ ਉਹਨਾਂ ਨੇ ਆ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਜੋ ਕਿ ਸਿੱਧ ਗੋਸ਼ਟ ਕਰਨਾ ਕੀਤੀ, ਚਰਚਾ ਕਰਨਾ ਕੀਤੀ, ਕਿ ਜਿਸ ਪ੍ਰਕਾਰ ਭਾਈ ਗੁਰਦਾਸ ਜੀ ਲਿਖਦੇ ਆ ਕਿ ਭੰਗਰ ਨਾਥ ਵਰਗਿਆਂ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਅੜ ਕੇ ਸਵਾਲ ਕਰ ਦਿੱਤਾ, ਕਹਿਣ ਲੱਗੇ ਭੇਖ ਉਤਾਰ ਉਦਾਸ ਦਾ ਕਿਉਂ ਸੰਸਾਰੀ ਰੀਤ ਚਲਾਈ। ਕਹਿੰਦੇ ਤੁਸੀਂ ਉਦਾਸੀਆਂ ਵਾਲੇ ਕੱਪੜੇ ਲਾਹ ਕਰਕੇ ਹੁਣ ਗ੍ਰਿਸਤੀਆਂ ਵਾਲੇ ਪਾਲੇ ਆ, ਅਤੇ ਤੁਸੀਂ ਇਹ ਬਹੁਤ ਭਾਵ ਕੇ ਮਾੜਾ ਕੰਮ ਕੀਤਾ ਵਾ। ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਅੱਗਿਓਂ ਜਵਾਬ ਦਿੱਤਾ, ਕਹਿਣ ਲੱਗੇ ਹੋਏ ਅਤੀਤ ਗ੍ਰਿਸਤ ਤਜ ਉਹਨੂੰ ਕਿ ਘਰ ਫਿਰ ਮੰਗਣ ਜਾਈ, ਕਿ ਸਿੱਧ ਲੋਕੋ ਜਿੰਨਾ ਗ੍ਰਿਸਤ ਤੁਸੀਂ ਮਾੜਾ ਗਿਣਦੇ ਹੋ ਉਹਨਾਂ ਦੇ ਘਰੋਂ ਜਾ ਕਰਕੇ ਮੰਗ ਮੰਗ ਕੇ ਖਾਂਦੇ ਹੋ। ਇਸ ਪ੍ਰਕਾਰ ਸਿੱਧਾਂ ਦੇ ਨਾਲ ਜੋ ਵਾਰਤਾਲਾਪ ਹੋਈ, ਆਹ ਜੋ ਸਾਲਾਨਾ ਜੋੜ ਮੇਲਾ ਹੁਣ ਮਨਾਇਆ ਜਾ ਰਿਹਾ ਵਾ, ਇਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਯਾਦ ਵਿੱਚ ਹੀ ਮਨਾਇਆ ਜਾਂਦਾ। ਦੋ ਜੋੜ ਮੇਲੇ ਮਨਾਏ ਜਾਂਦੇ, ਇੱਕ ਸ਼ਿਵਰਾਤਰੀ ਦਾ ਜੋੜ ਮੇਲਾ ਮਨਾਇਆ ਜਾਂਦਾ ਵਾ, ਇੱਕ ਆਹ ਜਿਹੜਾ ਜੋੜ ਮੇਲਾ ਆਪਾਂ ਮਨਾ ਰਹੇ ਅੱਜ, ਇਹ ਬੰਦੀ ਸ਼ੋਰ ਦੇ 9 ਦਿਨ ਬਾਅਦ 'ਚ ਮਨਾਇਆ ਜਾਂਦਾ, ਜੋ ਕਿ ਪੁਰਾਤਨ ਚੱਲਿਆ ਆ ਰਿਹਾ ਵਾ 9ਵੀਂ ਅਤੇ 10ਵੀਂ। ਅੱਜ ਜੋ 9ਵੀਂ ਦਾ ਪਵਿੱਤਰ ਜੋੜ ਮੇਲਾ ਆਰੰਭ ਹੋਇਆ ਅੰਮ੍ਰਿਤ ਵੇਲੇ ਤੋਂ ਹੀ, ਜੋ ਕਿ ਸਤਿਗੁਰ ਮਹਾਰਾਜ ਜੀ ਦੇ ਪ੍ਰਕਾਸ਼ ਹੋ ਚੁੱਕੇ ਆ, ਦੀਵਾਨ ਸੱਜੇ ਹੋਏ ਆ, ਰਾਗੀ ਸਿੰਘ ਢਾਡੀ ਸਿੰਘ ਹਾਜ਼ਰੀਆਂ ਭਰ ਰਹੇ ਆ। ਸੋ ਇਹਨਾਂ ਪਵਿੱਤਰ ਸਥਾਨਾਂ ਦੀ ਮਹਾਨਤਾ ਇਹ ਆ ਕਿ ਸਾਂਝੀਵਾਲ ਦਾ ਉਪਦੇਸ਼ ਵਾ, ਕਿ ਇੱਕ ਬੰਨੇ ਮੰਦਰ ਵਾ ਅਤੇ ਦੂਸਰੇ ਬੰਨੇ ਗੁਰੂ ਘਰ ਵਾ, ਕਿ ਸੰਗਤਾਂ ਮੰਦਰ ਵੱਲੋਂ ਜੋ ਸਰੋਵਰ ਸਾਹਿਬ ਦਾ ਇਸ਼ਨਾਨ ਕਰਕੇ ਦੂਸਰੇ ਨੂੰ ਮੁੱਖ ਕਰਦੀਆਂ, ਸਾਹਮਣੇ ਗੁਰੂ ਘਰ ਵਾ, ਕਿ ਬੜੀ ਸਤਿਗੁਰੂ ਮਹਾਰਾਜ ਦੀ ਕਿਰਪਾ ਕਿ ਦੋਨੋਂ ਹੀ ਜਿਹੜੇ ਸਾਲਾਨਾ ਜੋੜ ਮੇਲੇ ਆ ਸਾਂਝੀਵਾਲਤਾ ਦੇ ਨਾਲ ਹਿੰਦੂ ਭਰਾ ਮਿਲ ਕਰਕੇ ਸਾਡੇ ਜੋ ਸਿੱਖ ਭਰਾ ਵਾ ਬੜੇ ਪਿਆਰ ਦੇ ਨਾਲ ਬੜੀ ਭਾਵਨਾ ਦੇ ਨਾਲ ਮਨਾਉਂਦੇ ਆ। ਤੋ ਸਤਿਗੁਰ ਮਹਾਰਾਜ ਜੀ ਦੀ ਬੜੀ ਅਪਾਰ ਕਿਰਪਾ ਰਹਿਮਤ ਬਖਸ਼ੇ ਵਾ ਕਿ ਇੱਥੇ ਸਿੱਧਾਂ ਦੇ ਨਾਲ ਗੁਰੂ ਸਾਹਿਬਾਨਾਂ ਦੀ ਗੋਸ਼ਟ ਹੋਈ ਆ। ਇਹਨਾਂ ਸਥਾਨਾਂ 'ਤੇ ਹੀ ਸਿੱਧਾਂ ਨੇ ਹਾਰ ਮੰਨੀ ਸੀ ਕਿ ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਇੱਥੇ ਸਿੱਧਾਂ ਨੇ ਆ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਹਾਰ ਮੰਨੀ। ਅੱਜ ਜੋ ਸਾਲਾਨਾ ਮੇਲੇ 9ਵੀਂ ਦਾ ਪਹਿਲਾ ਦਿਨ ਆਰੰਭ ਹੋ ਚੁੱਕਾ, ਸਾਲਾਨਾ ਜੋੜ ਮੇਲੇ ਦਾ, ਬੇਅੰਤ ਸੰਗਤਾਂ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੀਆਂ ਉਹਨਾਂ ਸੰਗਤ। ਔਰ ਜਿਹੜੀ ਸੰਗਤ ਆਪਣੀ ਮਨੋਕਾਮਨਾ ਲੈ ਕੇ ਆਈ ਹੈ, ਔਰ ਸਾਰੀਆਂ ਭਗਵਾਨ ਸ਼ੰਕਰ, ਭਗਵਾਨ ਕਾਰਤਿਕ ਸਵਾਮੀ ਇੱਥੇ ਪੂਰੀਆਂ ਹੁੰਦੀਆਂ, ਤਾਂ ਹੀ ਲੋਕਾਂ ਦੀ ਸ਼ਰਧਾ। ਔਰ ਅੱਜ ਲੱਖਾਂ ਦੀ ਤਾਦਾਦ 'ਚ ਲੋਕ ਜਿਹੜੇ ਗੁਰਦੁਆਰਾ ਸਾਹਿਬ ਦੇ ਮੰਦਰ ਦੇ ਵਿੱਚ ਆਪਣੀਆਂ ਮਨੋਕਾਮਨਾ ਲੈ ਕੇ ਆਏ ਹਨ, ਔਰ ਮੰਦਰ ਟਰੱਸਟ ਵੱਲੋਂ 1 ਮਹੀਨੇ ਤੋਂ ਇਸ ਮੇਲੇ ਦੀ ਤਿਆਰੀ ਕੀਤੀ ਜਾ ਰਹੀ ਹੈ। ਕੱਲ੍ਹ ਹੀ ਇੱਕ ਡੁਪਲੈਕਸ ਅਸੀਂ ਤਿਆਰ ਕੀਤਾ,
जिदे 30 कमरे हैं और संगत वास्ते संगत नूं सौंप दिते गए हैं और काफ़ी लोगों दे उत्साह है मत्था टेकन दा। और ये जिहड़ा स्थान है भगवान कार्तिक स्वामी का बहुत प्राचीन स्थान है, जदों कि भगवान शंकर ने अपने दोवां पुत्रां नूं प्रथम पूजन का अधिकार देना सी, उन्होंने कैलाश के एक शर्त रखी सी भी जिहड़ा मेरा पुत्र पहला सृष्टि का चक्कर ला के आऊगा उन्होंने भी प्रथम पूजन का अधिकार दिता जाएगा। इस हुक्म नूं सुनदिया होया भगवान कार्तिक स्वामी अपनी मोर की सवारी से चल पे, जिहड़े कि इत्थे विश्राम कर रहे सन, और गणेश जी महाराज ने माता पिता का चक्कर ला लिया और प्रथम पूजन का अधिकार सृष्टि के उन्होंने मिल गया। नारद जी ने आके भगवान कार्तिक स्वामी नूं इत्थे दस्या, क्योंकि इत्थे तप कर रहे सी, उन्होंने दस्या भी प्रथम पूजन का अधिकार जिहड़ा वो गणेश जी नूं मिल गया और रुष्ट हो गए। इस जगह का तां ही नाम अचलेश्वर पिया और दीपावली के 9 दिन बाद इत्थे यह मेला लगता है। 33 करोड़ देवी देवता भगवान कार्तिक स्वामी नूं मनाण आए ने, लेकिन हुण मने नहीं, उल्टा उन्होंने हर साल इत्थे आउण वास्ते उन्हां कोल 33 करोड़ देवी देवता प्रण लै लिया। अज के दिन 33 करोड़ देवी देवता इस धरती ते इस जगह ते विराजमान हैं, जिहदी महिमा सुनदे होए गुरु नानक देव जी महाराज पहली पातशाही साडी जिहड़ी है वह भी इत्थे चरण छू कीती है। और सामने गुरद्वारा साहब है, गुरु नानक देव जी महाराज ने इत्थे एक दातन का वृक्ष लाया, जिहड़ा कि बाला मरदाना ने कहा भी यह दातन का वृक्ष ते महाराज कोड़ा है, ये संगत आएगी तो दातन करेगी। और सामने साक्षात है महाराज ने वो जिहड़ा दातन का वृक्ष लाया उहदे बेर हुंदे हन और संगत अपनी मनोमान कामना पूरी करती है। हिंदू सिख एकता का यह प्रतीक है और ये पवित्र सरोवर जिथे कि पवित्र लोग आ गए स्नान करते हैं अज के मेले से, फिर असी अचलेश्वर मंदिर कारजवा ट्रस्ट वालों 9वीं 10वीं के मेले की देश विदेश में सारी संगत को बधाई देने और चैनलों भी धन्यवाद करते हैं जिहड़ा कि उन्होंने इत्थे आ के इस जगह तो होर दुनिया के हड़न की कोशिश की।